जड़े रास्ते से दूर दूर आए ते बना मियां एड में होगी बच्चे दे कोड तो ज्यादा आ साटे वो पंडित राव जी किते ही नहीं मिले हुन 4 महीने हो गए ਨਹੀਂ ਉਹ ਚੱਕ ਕੇ ਵੋਟ ਤੀਜੇ ਦਿਨ ਫੜ ਜਾਂਦਾ ਸੀ ਸਿੱਧੂ ਦੀ ਆਲੋਚਨਾ ਕਰਨ ਕਿਹਨੇ ਲਾਇਆ ਹੋਇਆ ਸੀ ਉਹ ਪਿੱਛੇ ਅਸੀਂ ਸਾਰਾ ਜਾਣਦੇ ਤੁਸੀਂ ਵੀ ਜਾਣਦੇ ਹੋ ਹੁਣ ਉਹ ਕਿਤੇ ਪੰਜਾਬੀ ਮਾਂ ਬੋਲੀ ਤੋਂ ਸਾਰੀ ਉਹਨੇ ਪ੍ਰਫੁੱਲਤ ਕਰਤੀ ਹੁਣ ਕਿੱਧਰ ਵਗ ਗਿਆ ਉਹ ਕਦੇ ਨਹੀਂ ਦਿਖਾਈ ਦਿੱਤਾ ਉਹ ਮੁੜ ਕੇ ਤੁਸੀਂ ਵੀ ਸਮਝਦੇ ਹੋ ਪੁੱਤ ਅਸੀਂ ਵੀ ਸਮਝ ਰਹੇ ਅਸੀਂ ਤਾਂ ਸਾਰਾ ਕੁਝ ਸਮਝੂ ਹੀ ਬੈਠਿਆ ਵੀ ਕਿੱਥੋਂ ਕੀ ਹੋਇਆ ਕੀ ਨਹੀਂ ਹੋਇਆ ਪਰ ਜੇ ਹੁਣ ਆਪਣਾ ਥੋੜ੍ਹਾ ਜਿਹਾ ਸਰਕਾਰਾਂ ਸਾਥ ਦੇਣ ਤਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਆਪਾਂ ਖੁਸ਼ਹਾਲ ਵੱਸ ਸਕਦੇ ਹਾਂ ਜਿਵੇਂ ਲੋਕ ਅਮਨਾ ਚੈਨ ਜ਼ਿੰਦਗੀ ਜਿਉਂਦੇ ਨੇ ਆਪਾਂ ਵੀ ਜਿਉ ਸਕਦੇ ਹਾਂ ਸਾਡਾ ਤਾਂ ਮੁੜ ਭਾਗਿਆ ਸਾਡਾ ਤਾਂ ਮੁੜ ਕੇ ਆਉਣਾ ਨਹੀਂ ਅਸੀਂ ਤਾਂ ਤੁਹਾਡੇ ਵਾਸਤੇ ਲੜਾਈ ਲੜਦੇ ਹਾਂ ਵੀ ਕਿਸੇ ਦਾ ਹੋਰ ਨੁਕਸਾਨ ਨਾ ਹੋਵੇ ਕੋਈ ਚੰਗੀਆਂ ਸੋਚਾਂ ਨਾ ਮਰਨਾ ਜੇ ਚੰਗੀ ਸੋਚ ਹੋਊਗੀ ਤਾਂ ਆਪਣਾ ਪੰਜਾਬ ਅੱਗੇ ਵਧੂਗਾ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਆਪਾਂ ਛੇਤੀ ਹੀ ਖਤਮ ਹੋ ਜਾਣਾ ਬੱਚੇ ਦੇ ਕੋਲ ਤੋਂ ਜ਼ਿਆਦਾ ਆ ਸਾਡੇ ਉਹ ਪੰਡਿਤ ਰਾਓ ਜੀ ਕਿਤੇ ਹੀ ਨਹੀਂ ਮਿਲੇ ਹੁਣ 4 ਮਹੀਨੇ ਹੋ ਗਏ ਨਹੀਂ ਉਹ ਚੱਕ ਕੇ ਵੋਟ ਤੀਜੇ ਦਿਨ ਫੜ ਜਾਂਦਾ ਸੀ ਸਿੱਧੂ ਦੀ ਆਲੋਚਨਾ ਕਰਨ ਕਿਹਨੇ ਲਾਇਆ ਹੋਇਆ ਸੀ ਉਹ ਪਿੱਛੇ ਅਸੀਂ ਸਾਰਾ ਜਾਣਦੇ ਹਾਂ ਤੁਸੀਂ ਵੀ ਜਾਣਦੇ ਹੋ ਹੁਣ ਉਹ ਕਿਤੇ ਪੰਜਾਬੀ ਮਾਂ ਬੋਲੀ ਤੋਂ ਸਾਰੀ ਉਹਨੇ ਪ੍ਰਫੁੱਲਤ ਕਰਤੀ ਹੁਣ ਕਿੱਧਰ ਵਗ ਗਿਆ ਉਹ ਕਦੇ ਨਹੀਂ ਦਿਖਾਈ ਦਿੱਤਾ ਉਹ ਮੁੜ ਕੇ ਤੁਸੀਂ ਵੀ ਸਮਝਦੇ ਹੋ ਪੁੱਤ ਅਸੀਂ ਵੀ ਸਮਝ ਰਹੇ ਅਸੀਂ ਤਾਂ ਸਾਰਾ ਕੁਝ ਸਮਝੂ ਹੀ ਬੈਠਿਆ ਵੀ ਕਿੱਥੋਂ ਕੀ ਹੋਇਆ ਕੀ ਨਹੀਂ ਹੋਇਆ ਪਰ ਜੇ ਹੁਣ ਆਪਣਾ ਥੋੜ੍ਹਾ ਜਿਹਾ ਸਰਕਾਰਾਂ ਸਾਥ ਦੇਣ ਤਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਆਪਾਂ ਖੁਸ਼ਹਾਲ ਵੱਸ ਸਕਦੇ ਹਾਂ ਜਿਵੇਂ ਲੋਕ ਅਮਨਾ ਚੈਨ ਜ਼ਿੰਦਗੀ ਜਿਉਂਦੇ ਨੇ ਆਪਾਂ ਵੀ ਜਿਉ ਸਕਦੇ ਹਾਂ ਸਾਡਾ ਤਾਂ ਮੁੜ ਭਾਗਿਆ ਸਾਡਾ ਤਾਂ ਮੁੜ ਕੇ ਆਉਣਾ ਨਹੀਂ ਅਸੀਂ ਤਾਂ ਤੁਹਾਡੇ ਵਾਸਤੇ ਲੜਾਈ ਲੜਦੇ ਹਾਂ ਵੀ ਕਿਸੇ ਦਾ ਹੋਰ ਨੁਕਸਾਨ ਨਾ ਹੋਵੇ ਕੋਈ ਚੰਗੀਆਂ ਸੋਚਾਂ ਨਾ ਮਰਨਾ ਜੇ ਚੰਗੀ ਸੋਚ ਹੋਊਗੀ ਤਾਂ ਆਪਣਾ ਪੰਜਾਬ ਅੱਗੇ ਵਧੂਗਾ ਨਹੀਂ ਤਾਂ ਤੁਹਾਨੂੰ ਪਤਾ ਹੀ ਆਪਾਂ ਛੇਤੀ ਖਤਮ ਹੋ ਜਾਣਾ